ਲਓ ਜੀ, ਫਿਲਮ ਕੌਰ ਸਿੰਘ ਦੀ ਜਿਹੜੀ ਅਨਾਊਂਸਮੈਂਟ ਉਹ ਹੋ ਚੁੱਕੀ ਹੈ ਅਤੇ ਫਿਲਮ ਦੇ ਜਿਹੜੇ ਮੇਨ ਲੀਡ ਅਤੇ ਪ੍ਰੋਡਿਊਸਰ ਨੇ ਕਰਮ ਬਾੜ ਜੀ ਉਹ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਸਰ। ਥੈਂਕ ਯੂ ਵਿਜ਼ਨ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਰ, ਫਿਲਮ ਦਾ ਕਿਵੇਂ ਸੁਭਾਅ ਬਣਿਆ ਵੀ ਇੱਕ ਬਾਇਓਗ੍ਰਾਫੀ ਫਿਲਮ ਬਣਾਉਣੀ? ਦੇਖੋ, ਪੰਜਾਬੀ ਸਿਨੇਮਾ ਦੇ ਨਾਲ ਮੈਂ ਕਾਫੀ ਸਾਲਾਂ ਤੋਂ ਜੁੜਿਆ, ਮੈਂ ਥੀਏਟਰ ਵੀ ਕਰ ਰਿਹਾ ਆਲਮੋਸਟ 2 decades ਦਾ, ਅਤੇ ਆਰਟਿਸਟ ਐਜ਼ ਐਕਟਰ ਦਾ ਮੇਰਾ ਕਾਫੀ ਸਾਲਾਂ ਤੋਂ ਇੱਕ ਡ੍ਰੀਮ ਸੀਗਾ ਵੀ ਐਕਟਰ ਹੀ ਬਣਨਾ, ਅਤੇ ਮੈਂ ਕੰਸਿਸਟੈਂਟਲੀ ਇੱਕ ਓਪਰਚੁਨਿਟੀ ਦੇਖ ਰਿਹਾ ਸੀ ਵੀ ਕੋਈ ਓਪਰਚੁਨਿਟੀ ਮਿਲੇ, ਕੁਛ ਅੱਛੀ ਸਟੋਰੀ ਮਿਲੇ। ਲਾਸਟ ਮੂਵੀ ਜਿਹੜੀ ਮੈਂ ਕੀਤੀ ਸੀ ਧਰਮਯੁੱਧ ਮੋਰਚਾ ਕੀਤੀ ਸੀ 2016 'ਚ, ਉਹ ਮੇਰੀ ਪ੍ਰੋਡਕਸ਼ਨ ਸੀ, ਮੈਂ ਹੀ ਫਿਲਮ ਸਾਰੀ ਬਣਾਈ ਸੀਗੀ, ਉਹਦੇ 'ਚ ਰੋਲ ਵੀ ਕੀਤਾ ਸੀ। ਬਟ ਮੈਂ ਚਾਹੁੰਦਾ ਸੀ ਵੀ ਇੱਕ ਬੋਲੀਵੁੱਡ ਦੇ ਵਿੱਚ ਇਹੋ ਜਿਹਾ ਸਿਨੇਮਾ ਡਿਵੈਲਪ ਹੋਵੇ ਜਿਹੜਾ ਬੋਲੀਵੁੱਡ ਨੂੰ ਬੀਟ ਕਰਦਾ ਹੋਵੇ, ਮਤਲਬ ਬੋਲੀਵੁੱਡ ਦੇ ਲੈਵਲ ਦਾ ਸਿਨੇਮਾ ਹੋਵੇ, ਉਹ ਲੈਵਲ ਦਾ ਸਿਨੇਮਾ ਹੋਵੇ ਜਿਹੜਾ ਆਪਾਂ ਪੰਜਾਬੀ ਗਰਵ ਨਾਲ ਕਹਿ ਸਕੀਏ ਵੀ ਆਹ ਚੀਜ਼ ਸਾਡੀ ਹੈ। ਵੀ ਟੋਰੋਂਟੋ ਫਿਲਮ ਫੈਸਟੀਵਲ ਤੱਕ ਵੀ ਜਾਂ ਲੋਸ ਏਂਜਲਸ ਤੱਕ ਆਪਾਂ ਕੋਈ ਫਿਲਮ ਭੇਜ ਸਕੀਏ ਵੀ ਆਹ ਜੀ ਸਾਡੀ ਪੰਜਾਬ ਦੀ ਸਟੋਰੀ ਹੈ, ਹੈ ਨਾ। ਅਤੇ ਉਹ ਫਿਰ ਮੈਨੂੰ ਲੱਕੀਲੀ ਸਟੋਰੀ ਜਿਹੜੀ ਹੈ ਉਹ ਬਾਏ ਮਾਈ ਫਰੈਂਡ ਸੁਖਬੀਰ ਗਿੱਲ, ਵਿਕਰਮ ਪ੍ਰਧਾਨ ਉਹਨਾਂ ਨੇ, ਡਾਇਰੈਕਟਰ ਉਹਨਾਂ ਨੇ ਮੈਨੂੰ ਜਿਹੜੀ ਸਟੋਰੀ ਹੈ ਉਹ ਨਰੇਸ਼ਨ ਕਰਵਾਇਆ। ਮੈਨੂੰ ਸਟੋਰੀ ਬਹੁਤ ਜ਼ਿਆਦਾ ਮੇਰੇ ਦਿਲ ਨੂੰ ਲੱਗੀ, ਮੈਨੂੰ ਲੱਗਿਆ ਵੀ ਇਹ ਪੰਜਾਬ ਦੇ ਯੂਥ ਦੀ ਸਟੋਰੀ ਹੈ, ਇਹ ਮੇਰੀ ਸਟੋਰੀ ਨਹੀਂ, ਕਿੰਨੇ ਜ਼ਿਆਦਾ ਹੋਰ ਪੰਜਾਬੀਆਂ ਦੀ ਸਟੋਰੀ ਹੈ। ਫਿਰ ਉਹ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਹ ਫਿਲਮ ਦਾ ਫਾਈਨਲਾਈਜੇਸ਼ਨ ਕੀਤਾ, ਉਹ ਤੋਂ ਬਾਅਦ ਫਿਰ ਅਸੀਂ ਕਰੈਕਟਰ ਪ੍ਰੀਪਰੇਸ਼ਨ ਕੀਤੀ। ਸਰ, ਜਿਵੇਂ ਤੁਸੀਂ ਗੱਲ ਕੀਤੀ ਵੀ ਤੁਹਾਡਾ ਸੁਪਨਾ ਸੀ, ਤੁਸੀਂ ਥੀਏਟਰ ਆਰਟਿਸਟ ਸੀਗੇ ਵੀ ਮੈਂ ਐਕਟਿੰਗ ਲਾਈਨ 'ਚ ਜਾਣਾ, ਐਕਟਰ ਬਣਨਾ ਮੇਨ ਲੀਡ 'ਤੇ, ਪਰ ਜ਼ਿਆਦਾਤਰ ਪੰਜਾਬੀ ਇੰਡਸਟਰੀ 'ਚ ਇਹ ਦੇਖਿਆ ਜਾਂਦਾ ਵੀ ਜਿਹੜੇ ਸਿੰਗਰ ਹੁੰਦੇ ਆ ਜਾਂ ਜਿਹੜੇ ਫੇਮਸ ਬਹੁਤ ਜ਼ਿਆਦਾ ਪਰਸਨੈਲਿਟੀਜ਼ ਹੁੰਦੇ ਆ ਉਹਨਾਂ ਨੂੰ ਹੀ ਮੇਨ ਲੀਡ 'ਤੇ ਲੈ ਕੇ ਫਿਲਮ ਬਣਾਈ ਜਾਂਦੀ ਆ। ਹਾਂ, ਯੈਸ, ਐਗਜੈਕਟਲੀ ਟਰੂ ਹੈ। ਜਿਹੜਾ ਹੁਣ ਕੋਈ ਕਾਫੀ ਵਾਰੀ ਆਪਾਂ ਸੋਚ ਲੈਂਦੇ ਹਾਂ ਵੀ ਆਪਾਂ ਸਿੰਗਰ ਲੈ ਲਈਏ ਉਹਦੇ ਫੋਲੋਅਰਸ ਹੈਗੇ ਆ ਤਾਂ ਸਾਨੂੰ ਉੱਥੋਂ ਬੈਨੀਫਿਟ ਹੋਜੂ, ਜਾਂ ਉਹ ਮਿਊਜ਼ਿਕ ਦੇ ਦੂਗਾ ਤਾਂ ਸਾਨੂੰ ਬੈਨੀਫਿਟ ਹੋਜੂਗਾ। ਪਰ ਇਵੇਂ ਆ ਵੀ ਜੇ ਹਰੇਕ ਬੰਦਾ ਉਵੇਂ ਸੋਚੂਗਾ ਤਾਂ ਨਵੇਂ ਆਰਟਿਸਟ ਨੂੰ ਕਦੇ ਵੀ ਮੌਕਾ ਨਹੀਂ ਮਿਲੂਗਾ, ਹੈ ਨਾ। ਅਤੇ ਇਸ ਕਰਕੇ ਮੈਂ ਕਹਿੰਦਾ ਵੀ ਅੱਛਾ ਪਰਫੋਰਮੈਂਸ ਹੋਵੇ। ਹਾਂ, ਪਰਫੋਰਮੈਂਸ ਕੋਈ ਕਮੀ ਹੋਵੇ ਉਹ ਇਸ਼ੂ ਹੈ, ਬਟ ਪਰਫੋਰਮੈਂਸ ਅੱਛੀ ਹੋਵੇ, ਮੇਕਿੰਗ ਤੁਹਾਡੀ ਬਹੁਤ ਵਧੀਆ ਹੋਵੇ, ਅਤੇ ਮਾਰਕੀਟਿੰਗ ਰਾਈਟ ਹੋਵੇ, ਅਤੇ ਕੰਟੈਂਟ ਸਹੀ ਹੈ, ਤਾਂ ਅੱਜ ਦਾ ਜਿਹੜਾ ਜ਼ਮਾਨਾ ਹੈ ਉਹ ਸਬਜੈਕਟਿਵ ਜ਼ਮਾਨਾ ਹੈ। ਵੀ ਜੇ ਤੁਹਾਡੇ ਕੋਲ ਸਬਜੈਕਟ ਅੱਛਾ ਹੈ ਤਾਂ ਮਾਰਕੀਟ ਤੁਸੀਂ ਕਰਦੇ ਹੋ ਤਾਂ ਫਿਲਮ ਵਿਲ ਡੂ ਵੈਲ, ਨੋ ਡਾਊਟ ਅਬਾਊਟ ਇਟ। ਸਰ, ਜਿਵੇਂ ਕਿ ਆਪਾਂ ਪ੍ਰੋਡਿਊਸਰਸ ਦੀ ਗੱਲ ਕਰ ਲਈਏ, ਪ੍ਰੋਡਿਊਸਰਸ ਇਹ ਦੇਖ ਕੇ ਫਿਲਮ ਬਣਾਉਂਦੇ ਆ ਵੀ ਜਾਂ ਕਾਮੇਡੀ ਹੋਵੇ ਜਾਂ ਕੋਈ ਰੋਮੈਂਟਿਕ ਹੋਵੇ ਜਿਹੜਾ ਮਤਲਬ ਆਡੀਅੰਸ ਦਾ ਪ੍ਰਭਾਵ ਪਵੇ ਫਿਲਮ 'ਤੇ, ਫਿਲਮ ਦਾ ਆਡੀਅੰਸ 'ਤੇ ਪ੍ਰਭਾਵ ਪਵੇ ਅਤੇ ਆਡੀਅੰਸ ਫਿਲਮ ਦੇਖਣ ਪਹੁੰਚੇ। ਹੁਣ ਇਹੋ ਜਿਹੀ ਫਿਲਮਸ ਹੁੰਦੀ ਹੈ ਜਿਹੜੀ ਬਾਇਓਗ੍ਰਾਫੀ ਫਿਲਮਸ 'ਤੇ ਬਹੁਤ ਜਿਹੜੀ ਆਡੀਅੰਸ ਆ ਉਹ ਬਹੁਤ ਘੱਟ ਜਾਂਦੀ ਹੈ, ਤਾਂ ਐਜ਼ ਅ ਪ੍ਰੋਡਿਊਸਰ ਉਹ ਇੱਕ ਕਿੰਨਾ ਕੁ ਵੱਡਾ ਰਿਸਕ ਸੀ? ਨਹੀਂ, ਮੈਨੂੰ ਨਹੀਂ ਲੱਗਦਾ ਵੀ, ਕਿਉਂਕਿ ਆਪਣੇ ਪੰਜਾਬੀ 'ਚ ਬਣੀ ਨਹੀਂ ਫਿਲਮ, ਪੰਜਾਬੀ ਦੇ ਵਿੱਚ ਸਿਰਫ ਇੱਕ ਫਿਲਮ ਬਣੀ ਹੈ, ਹੈ ਨਾ। ਸੋ ਆਪਾਂ ਇੱਕ ਫਿਲਮ ਨੂੰ ਦੇਖ ਕੇ ਇਹ ਕੈਟੇਗਰਾਈਜ਼ ਨਹੀਂ ਕਰ ਸਕਦੇ ਵੀ ਉਹਨੂੰ ਨਹੀਂ ਦੇਖਣ ਜਾਂਦੇ ਜ਼ਿਆਦਾ ਲੋਕ। ਆਈ ਥਿੰਕ ਸਿਨੇਮਾ ਬਹੁਤ ਜ਼ਿਆਦਾ ਵਾਸਟ ਹੈਗਾ, ਅਤੇ ਬਾਕੀ ਕੋਮੇਡੀ ਸਾਡੀ ਫਿਲਮ ਬਹੁਤ ਜ਼ਿਆਦਾ ਕੋਮੇਡੀ ਹੈ ਸਾਡੀ, ਹਾਫ ਤੱਕ ਤਾਂ ਮੈਂ ਕਹਿੰਦਾ ਤੁਸੀਂ ਬਹਿ ਜਾਓਗੇ, ਤੁਸੀਂ ਮੈਂ ਲੋਟ ਪੋਟ ਹੁੰਦੇ ਬਾਹਰ ਆਉਣਾ। ਸੋ ਕੋਮੇਡੀ ਬਹੁਤ ਹੈ, ਐਂਟਰਟੇਨਿੰਗ ਪੈਕੇਜ ਹੈਗਾ, ਸੋ ਇੱਕ ਕੰਪਲੀਟ ਪੈਕੇਜ ਹੈਗਾ ਇਹਦੇ ਵਿੱਚ ਕੁਛ। ਹਾਂ, ਉਹ ਇਵੇਂ ਵੀ ਚਲੋ ਡਿਲੀਵਰ ਕੀਤੀ ਹੈ ਅਸੀਂ, ਜਿਵੇਂ ਫੋਰ ਐਗਜ਼ਾਮਪਲ ਰੁਪਿੰਦਰ ਗਾਂਧੀ ਮੂਵੀ ਆਈ ਸੀ, ਹੈ ਨਾ, ਉਹਦੇ ਵਿੱਚ ਵੀ ਡਿਲੀਵਰੇਬਲ ਕੋਮੇਡੀ ਸੀਗੀ। ਸੋ ਕੋਮੇਡੀ ਤਾਂ ਬੇਸਡ ਔਨ ਜਿਹੜੀ ਪੰਜਾਬੀ ਦੀ ਆਡੀਅੰਸ ਹੈ ਤੁਹਾਨੂੰ ਪਾਉਣੀ ਪਊਗੀ, ਭਾਵੇਂ ਤੁਸੀਂ ਕੁਛ ਵੀ ਬਣਾ ਲਓ। ਸੋ ਉਹ ਤਾਂ ਇੱਕ ਤਰ੍ਹਾਂ ਦਾ ਕਹਿ ਲਓ ਵੀ ਖੰਡ ਹੈ ਵੀ ਉਹ ਤੁਹਾਨੂੰ ਪਾਉਣੀ ਪੈਣੀ ਹੈ, ਹਿਸਾਬ ਨਾਲ ਜਿੰਨਾ ਕੁ ਚਾਹੀਦੀ ਹੈ ਉਨੀ ਕੁ ਪਾ ਲਓ। ਬਿਲਕੁਲ ਪਾਉਣੀ ਪੈਣੀ ਹੈ, ਉਹ ਤਾਂ ਕਿਹਾ ਵੀ ਪੰਜਾਬੀਆਂ ਨੂੰ ਚਾਹ ਸਵਾਦ ਨਹੀਂ ਲੱਗਣੀ ਜੇ ਮਿੱਠਾ ਨਾ ਹੋਵੇ, ਤਾਂ ਉਹ ਤਾਂ ਤੁਹਾਨੂੰ ਮਿੱਠਾ ਜਿਹੜਾ ਸ਼ੂਗਰ ਹੈ ਕੋਮੇਡੀ ਪਾਉਣੀ ਪੈਣੀ ਹੈ। ਸਰ, ਜੇ ਆਪਾਂ ਫਿਲਮ ਦੇ ਸੌਂਗਸ ਦੀ ਗੱਲ ਕਰ ਲਈਏ ਤਾਂ ਫਿਲਮ ਦੇ ਸੌਂਗ ਕੌਣ ਜ਼ਿਆਦਾ ਕਿਹਦੇ ਵੱਲ ਹੈ? ਹਾਂ, ਦੇਖੋ ਫਿਲਮ ਦੇ ਵਿੱਚ 5 ਗਾਣੇ ਨੇ, ਜਤਿੰਦਰ ਸ਼ਾਹ ਜੀ ਦਾ ਮਿਊਜ਼ਿਕ ਹੈਗਾ, ਸੋ ਉਹਨਾਂ ਨੇ ਹੀ ਅੱਗੇ ਜਿਹੜੇ ਸਿੰਗਰਸ ਹੈਗੇ ਹੈ ਉਹ ਕਨੈਕਟ ਕੀਤੇ, ਜਿਹਦੇ ਵਿੱਚੋਂ ਕੁਛ ਪੰਜਾਬ ਦੇ ਹੈ, ਕੁਛ ਬੋਲੀਵੁੱਡ ਦੇ ਸਿੰਗਰਸ ਹੈਗੇ ਹੈ। ਅਤੇ ਤੁਹਾਡੇ ਅਪਕਮਿੰਗ ਪ੍ਰੋਜੈਕਟ ਇਸ ਤੋਂ ਬਾਅਦ ਕੀ ਹੋਣ ਵਾਲੇ ਆ? ਇਹ ਤੋਂ ਬਾਅਦ ਅਸੀਂ ਇੱਕ ਸਟੋਰੀ ਦੀ ਤਲਾਸ਼ ਦੇ ਵਿੱਚ ਹੈਗੇ ਹਾਂ, ਬਟ ਮੋਸਟ ਲਾਈਕਲੀ ਮੈਂ ਉਹੋ ਜਿਹੀ ਮੂਵੀਜ਼ ਕਰੂੰਗਾ ਜਿਨ੍ਹਾਂ ਦੇ ਵਿੱਚ ਕੁਛ ਅੱਛਾ ਮੈਸੇਜ ਹੋਵੇ, ਮਤਲਬ ਆਪਾਂ ਸੁਸਾਇਟੀ ਨੂੰ ਕੁਛ ਡਾਇਰੈਕਸ਼ਨ ਦੇ ਸਕੀਏ ਜਾਂ ਬੈਨੀਫਿਟ ਉਹ ਤੋਂ ਸੁਸਾਇਟੀ ਬੈਨੀਫਿਟ ਕਰਦੀ ਹੋਵੇ, ਪੰਜਾਬ ਦੀ ਸਟੋਰੀ ਹੋਵੇ, ਪੰਜਾਬ ਦੇ ਬੰਦਿਆਂ ਦੀ ਗੱਲ ਹੁੰਦੀ ਹੋਵੇ, ਉਹਨਾਂ ਦੇ ਹੱਕ ਦੀ ਗੱਲ ਕਰ ਹੁੰਦੀ ਹੋਵੇ, ਇੱਕ ਹਿਊਮਨ ਦੀ ਸਟੋਰੀ ਹੋਵੇ, ਇੱਕ ਬੱਚੇ ਦੀ ਸਟੋਰੀ ਹੋਵੇ, ਮਤਲਬ ਉਹਦੇ ਨਾਲ ਹਰੇਕ ਬੰਦਾ ਰਿਲੇਟ ਕਰ ਸਕੇ ਵੀ ਹਾਂ ਯਾਰ ਇਹ ਸਟੋਰੀ ਮੇਰੀ ਹੈ, ਅਤੇ ਕੁਛ ਲਰਨ ਕਰਕੇ ਥੀਏਟਰ ਦੇ ਵਿੱਚੋਂ ਨਿਕਲੇ, ਤਾਂ ਉਹੋ ਜਿਹੀ ਸਟੋਰੀਜ਼ ਲਈ ਆਲਵੇਜ਼
ਸਪੇਸ ਹੈਗੀ ਹੈ। ਫਿਲਮ ਦੇ ਕਰੈਕਟਰ ਲਈ ਆਪਣੀ ਬੋਡੀ 'ਤੇ ਕਿੰਨੀ ਕੁ ਮਿਹਨਤ ਕਰਨੀ ਹੈ? ਸੁਣਿਆ ਸੀਗਾ ਵੀ 20-22 ਕਿਲੋ ਤੁਸੀਂ ਵੇਟ ਘਟਾਇਆ। ਹਾਂਜੀ, 23 kgs ਜਿਹੜਾ ਹੈਗਾ ਵੇਟ ਆਪਾਂ ਰਿਡਕਸ਼ਨ ਕੀਤਾ ਹੈਗਾ। ਉਹਦੇ ਲਈ ਆਪਾਂ 6 ਮਹੀਨੇ ਕਹਿ ਲਓ ਵੀ 4-4 ਘੰਟੇ ਜਿੰਮ ਦੇ ਵਿੱਚ ਆਪਾਂ ਲਾਏ ਹੈ, 2 ਘੰਟੇ ਵੇਟ ਟ੍ਰੇਨਿੰਗ ਦੇ, 2 ਘੰਟੇ ਬੋਕਸਿੰਗ ਦੇ, ਉਹ ਆਪਾਂ ਲਾਏ ਹੈਗੇ ਹੈ। ਮਤਲਬ ਪੂਰੀ ਤਿਆਰੀ ਕਰਕੇ, ਪੂਰੀ ਮਿਹਨਤ ਕਰਕੇ ਬੋਕਸਿੰਗ ਪਹਿਲਾਂ ਸਿੱਖ ਕੇ ਫਿਰ ਤੁਸੀਂ ਮੂਵੀ ਕਰ ਰਹੇ? ਬਿਲਕੁਲ ਐਗਜੈਕਟਲੀ। ਉਹ ਦੇਖੋ ਜੀ, ਉਹ ਤੋਂ ਬਗੈਰ ਕਰੋਗੇ ਫਿਰ ਕੋਈ ਬੈਨੀਫਿਟ ਵੀ ਨਹੀਂ ਹੈਗਾ। ਜੇ ਆਪਾਂ ਕਰੈਕਟਰ ਨੂੰ ਜਸਟੀਫਾਈ ਨਾ ਕਰ ਸਕੇ, ਮੈਂ ਦੇਖਣ ਨੂੰ ਸਲੋਪੀ ਲੱਗ ਰਿਹਾ ਹੋਵਾਂ, ਮੈਂ ਬੋਕਸਿੰਗ ਕਰ ਰਿਹਾ ਤਾਂ ਮਤਲਬ ਲੱਗ ਰਿਹਾ ਹੋਵੇ ਵੀ ਅਰੇ ਤਾਂ ਉਂਝ ਜਿਵੇਂ ਫੇਕ ਕਰਾ ਰਹੇ ਹੈ ਨਾ, ਕੋਈ ਜਾਂ ਹੋਰ ਆਰਟਿਸਟ ਲੈ ਕੇ ਬੋਕਸਿੰਗ ਕਰਾਤੀ, ਉਹ ਚੀਜ਼ ਦਾ ਮਜ਼ਾ ਹੀ ਕੀ ਕੀਤੇ ਦਾ ਹੈ ਨਾ। ਹੁਣ ਆਪਾਂ ਟਕਾ ਕੇ ਪਹਿਲੇ ਦਿਨ ਤੋਂ ਮਿਹਨਤ ਕੀਤੀ ਹੈ, ਟਰਾਂਸਫਰਮੇਸ਼ਨ ਕੀਤੀ ਹੈ, ਉਹ ਔਨ ਰੈਕਡ ਕੀਤੀ ਹੈਗੀ ਹੈ ਨਾ। ਸੋ ਸਾਰੀ ਦਾ ਇੱਕ ਵੀਡੀਓ ਪੈਕੇਜ ਹੈਗਾ ਵੀ ਹਾਂ ਵੀ ਆਹ ਬੰਦੇ ਨੇ ਆਹ ਕੰਮ ਕੀਤਾ ਹੈਗਾ। ਸੋ ਆਈ ਮੀਨ ਫੇਰ ਹੀ ਕੰਮ ਕਰਨ ਦਾ ਸਵਾਦ ਆਉਂਦਾ ਹੈ ਨਾ। ਜਿਵੇਂ ਹੁਣ ਆਪਾਂ ਸਬਜ਼ੀ ਵੀ ਕਹਿ ਲਓ ਵੀ ਘਰੇ ਬਣਾਉਣੀ ਹੋਵੇ, ਤੜਕਾ ਲਾ ਕੇ ਬਣਾਈ ਦੀ ਵੀ ਐਂ ਹੈ ਨਾ, ਸਵਾਦ ਵਧੀਆ ਆਵੇ। ਸੋ ਉਵੇਂ ਜੇ ਆਪਾਂ ਚੀਜ਼ ਬਣਾਉਣੀ ਆ, ਉਹਦਾ ਮਤਲਬ ਜਦੋਂ ਡਿਲੀਵਰ ਹੋਵੇ ਤਾਂ ਉਹ ਜਿਹੜਾ ਲੋਕਾਂ ਦੇ ਮਨ 'ਚ ਸ਼ੰਕਾ ਵੀ ਯਾਰ ਜੇ ਸਿੰਗਰ ਹੁੰਦਾ ਤਾਂ ਹੀ ਚੱਲਣੀ ਸੀਗੀ, ਉਹ ਸ਼ੰਕਾ ਦੂਰ ਹੋ ਜੂਗਾ ਵੀ ਜਦੋਂ ਆਪਾਂ ਪਰਫੋਰਮੈਂਸ ਹੀ ਇੰਨੀ ਤੁਹਾਡੀ ਸਟਰੋਂਗ ਹੋਵੇ ਕਿ ਉਹ ਚੀਜ਼ਾਂ ਲੋਕ ਭੁੱਲ ਜਾਣ। ਅਤੇ ਜਿਵੇਂ ਕਿ ਤੁਸੀਂ ਕਿਹਾ ਵੀ 2020 'ਚ ਪ੍ਰੋਜੈਕਟ ਰਿਲੀਜ਼ ਹੋਣਾ, ਤਾਂ ਕਿਹੜੇ ਮਹੀਨੇ ਕੁਛ ਆਈਡੀਆ ਆਡੀਅੰਸ ਨੂੰ? ਇਹ ਇਨੀਸ਼ੀਅਲ ਸਟਾਰਟਿੰਗ ਦੇ ਵਿੱਚ ਕਰਾਂਗੇ, ਬਿਫੋਰ ਮਾਰਚ ਹੋ ਜੂਗਾ। ਥੈਂਕ ਯੂ ਸਰ, ਬੈਸਟ ਆਫ ਲੱਕ ਮੂਵੀ। ਥੈਂਕ ਯੂ ਵੈਰੀ ਮਚ। ਥੈਂਕ ਯੂ। ਇੰਨੇ ਸੋਹਣੇ ਮੈਡਮ ਅੱਜ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਮ, ਜਿਹੜੀ ਤੁਹਾਡੀ ਫਿਲਮ ਆ ਰਹੀ ਹੈ ਕੌਰ ਸਿੰਘ, ਉਸ 'ਚ ਤੁਹਾਡਾ ਕਰੈਕਟਰ ਕਿਵੇਂ ਦਾ ਹੋਣ ਵਾਲਾ? ਮੇਰਾ ਉਹਦੇ 'ਚ ਕਰੈਕਟਰ ਹੈਗਾ, ਮੈਂ ਉਹਦੇ 'ਚ ਬਲਜੀਤ ਕੌਰ ਦਾ ਰੋਲ ਪਲੇ ਕਰ ਰਹੀ ਹਾਂ। ਅਤੇ ਉਹਦੇ 'ਚ ਇੱਕ ਕੌਰ ਸਿੰਘ ਜੀ ਦੀ ਵਾਈਫ ਦਿਖਾਈ ਹੋਈ ਆ, ਅਤੇ ਬਹੁਤ ਇੱਕ ਪਿੰਡ ਦੀ ਕੁੜੀ ਹੈ, ਪ੍ਰੋਪਰ ਟਿਪੀਕਲ ਪੰਜਾਬਣ, ਅਤੇ ਜਿਹਦਾ ਕਿ ਉਹ ਆਲਵੇਜ਼ ਆਪਣੇ ਹਸਬੈਂਡ ਨੂੰ ਸਪੋਰਟ ਕਰਦੀ ਹੈ ਕਿ ਨਹੀਂ ਤੁਸੀਂ ਵੀ ਕਦੇ ਹਾਰ ਨਹੀਂ ਮੰਨਣੀ, ਆਲਵੇਜ਼ ਉਹਨਾਂ ਦੇ ਨਾਲ ਨਾ ਉਹਦੀ ਜਰਨੀ ਚੱਲਦੀ ਹੈ। ਜਦੋਂ ਸਟੋਰੀ ਤੁਹਾਨੂੰ ਦੱਸੀ ਗਈ, ਸਭ ਤੋਂ ਪਹਿਲਾਂ ਮਾਇੰਡ 'ਚ ਕੀ ਗਲੀ ਕਿ ਹਾਂ ਮੈਂ ਇਹ ਕਰਨੀ ਆ? ਇਹ ਇੱਦਾਂ ਹੁੰਦਾ ਨਾ ਵੀ ਕੁਝ ਪੜ੍ਹ ਕੇ ਹੁੰਦਾ ਕਿ ਹਾਂ ਯਾਰ ਮੈਂ ਕਰਨੀ? ਨਹੀਂ, ਜਦੋਂ ਮੈਂ ਬਾਇਓਪਿਕ ਸੁਣੀ ਸੀਗੀ ਮੈਨੂੰ ਬਹੁਤ ਅੱਛਾ ਲੱਗਿਆ ਸੀਗਾ ਕਿ ਹਾਂ, ਮੀਨਸ ਥੋੜ੍ਹਾ ਥੋੜ੍ਹਾ ਵੀ ਇਹਨਾਂ ਨੂੰ ਦੱਸਿਆ ਕਿ ਇੱਦਾਂ ਇੱਦਾਂ ਉਹਨਾਂ ਨੇ ਇੰਨੇ ਅੱਛੇ ਗੋਲਡ ਮੈਡਲਸ ਇੰਨੇ ਅੱਛੇ ਲਏ ਨੇ, ਏਸ਼ੀਆ ਚੈਂਪੀਅਨ ਰਹੇ ਨੇ, ਹੈ ਨਾ। ਅਤੇ ਉਹ ਦੇਖ ਕੇ ਤਾਂ ਲੱਗ ਰਿਹਾ ਸੀਗਾ ਕਿ ਬਹੁਤ ਅੱਛਾ ਮੀਨਸ ਸਬਜੈਕਟ ਹੈ, ਇੱਕ ਮੇਰੇ ਲਈ ਇੱਕ ਡਿਫਰੈਂਟ ਸੀਗਾ ਕਿਉਂਕਿ ਜਦੋਂ ਕਾਕੇ ਦਾ ਵਿਆਹ ਕੀਤੀ ਸੀ ਉਹਦੇ ਨਾਲ ਤਾਂ ਕਾਫੀ ਡਿਫਰੈਂਟ ਆਪਾਂ ਕਹਿ ਸਕਦੇ ਹਾਂ ਨਾ, ਬਹੁਤ ਅਲੱਗ ਹੈ ਇੱਕ ਲੈਂ। ਅਤੇ ਬਾਕੀ ਮੈਂ ਵੀ ਐਕਸਾਈਟਡ ਹਾਂ ਅਤੇ ਥੋੜ੍ਹੀ ਥੋੜ੍ਹੀ ਨਰਵਸ ਵੀ ਹਾਂ। ਚਲੋ, ਨਰਵਸ ਕਿਉਂ ਤੁਸੀਂ? ਨਰਵਸ ਤੁਸੀਂ ਪਹਿਲਾਂ ਜਿਵੇਂ ਤੁਸੀਂ ਕਾਕਾ ਜੀ ਦਾ ਵਿਆਹ ਸੀ, ਇਸ ਤੋਂ ਹਾਂ ਥੋੜ੍ਹੀ ਅਲੱਗ ਤਾਂ ਜ਼ਰੂਰ ਹੈ, ਪਰ ਇੱਕ ਫਿਰ ਵੀ ਇੱਕ ਹੁੰਦਾ ਨਾ ਵੀ ਸਟੋਰੀ ਪੜ੍ਹ ਲਈ ਫਿਰ ਵੀ ਇੱਕ ਹੁੰਦਾ ਕਰੈਕਟਰ ਪਲੇ ਕਰਦੇ ਹੋ, ਜਿਵੇਂ ਬਾਇਓਪਿਕ ਹੈ, ਇੱਕ ਬਹੁਤ ਜ਼ਿਆਦਾ ਐਕਸਾਈਟਮੈਂਟ ਹੁੰਦੀ ਆ। ਐਕਸਾਈਟਮੈਂਟ ਤਾਂ ਮੈਨੂੰ ਬਹੁਤ ਜ਼ਿਆਦਾ ਆ, ਬਟ ਥੋੜ੍ਹਾ ਜਿਹਾ ਡਰ ਤਾਂ ਕੋਈ ਵੀ ਕੰਮ ਵਿੱਚ ਹੋਵੇ ਤਾਂ ਹੋਣਾ ਤਾਂ ਜ਼ਰੂਰੀ ਚਾਹੀਦਾ, ਅਗਰ ਆਪਾਂ ਓਵਰ ਕੌਨਫੀਡੈਂਸ ਹੋਈਏ ਤਾਂ ਉਹ ਵੀ ਕੰਮ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਸਿਰੇ ਚੜ੍ਹਦਾ ਆ। ਤੁਸੀਂ ਕਦੀ ਉਹਨਾਂ ਦੀ ਵਾਈਫ ਨੂੰ ਵੈਸੇ ਮਿਲੇ ਹੋ ਕਦੀ, ਉਹਨਾਂ ਦਾ ਜਿਨ੍ਹਾਂ ਦਾ ਤੁਸੀਂ ਕਰੈਕਟਰ ਪਲੇ ਕਰਨਾ? ਨਹੀਂ, ਮੈਂ ਉਹਨਾਂ ਦੀ ਵਾਈਫ ਨੂੰ ਮਿਲੀ ਨਹੀਂ ਹੈ, ਬਟ ਸੁਣਿਆ ਬਹੁਤ ਉਹਨਾਂ ਬਾਰੇ ਕਿ ਬਹੁਤ ਉਹਨਾਂ ਦਾ ਬਹੁਤ ਅੱਛ ਮੀਨਸ ਨੇਚਰ ਬਹੁਤ ਅੱਛਾ ਹੈ, ਅਤੇ ਇੱਕ ਪਿੰਡ ਦੀ ਕੁੜੀ ਹੈ, ਪ੍ਰੋਪਰ ਪੇਂਡੂ, ਅਤੇ ਜੋ ਕਿ ਪੰਜਾਬੀ ਟਿਪੀਕਲ ਪੰਜਾਬਣ ਹੈ, ਅਤੇ ਉਹਨਾਂ ਨੂੰ ਇੱਕ ਇੱਦਾਂ ਦਾ ਫੀਚਰ ਚਾਹੀਦਾ ਸੀ ਜੋ ਕਿ ਪੰਜਾਬੀ ਪ੍ਰੋਪਰ ਬੋਲ ਸਕਣ, ਅਤੇ ਪੰਜਾਬੀ ਲੁੱਕ ਹੋਣੀ ਚਾਹੀਦੀ ਉਹਨਾਂ ਨੂੰ। ਤੁਸੀਂ ਪਹਿਲਾਂ ਮਿਲੇ ਸੀਗੇ ਕਦੇ ਬਾਠ ਸਾਹਿਬ ਨੂੰ ਮਿਲੇ ਸੀਗੇ ਪਹਿਲਾਂ? ਮੈਂ ਨਹੀਂ, ਬਾਠ ਸਾਹਿਬ ਜੀ ਮਿਲੇ ਨਹੀਂ ਹੈਗੀ, ਪਹਿਲਾਂ 1-2 ਵਾਰ ਸਾਡੀ ਮੀਨਸ ਵੈਸੇ ਗੱਲ ਹੋਈ ਸੀਗੀ, ਜਿੱਦਾਂ ਉਹਨਾਂ ਬਾਰੇ ਸੁਣੇ ਵੀ ਉਹਨਾਂ ਸਾਰੇ ਦੱਸਿਆ ਕਿ ਇੱਦਾਂ ਦਾ ਆਪਣੀ ਕਾਸਟ ਹੈਗੀ ਹੈ, ਸੇ ਪ੍ਰੋਡਿਊਸ ਕਰ ਰਹੇ ਨੇ। ਮੈਮ, ਜਿਵੇਂ ਦੇਖਿਆ ਜਾਂਦਾ ਵੀ ਕੁੜੀਆਂ ਨੂੰ ਨਾ ਹਮੇਸ਼ਾ ਇੱਕ ਹੁਣ ਵੀ ਮੁੱਦਾ ਸਾਹਮਣੇ ਆਇਆ ਵੀ ਫੇਕ ਉਹ ਬਣਾ ਕੇ ਪ੍ਰੋਡਕਸ਼ਨ ਦਾ ਉਹਨਾਂ ਨਾਲ ਹਮੇਸ਼ਾ ਇੱਦਾਂ ਕੀਤਾ ਜਾਂਦਾ ਵੀ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ, ਤਾਂ ਉਸ 'ਤੇ ਤੁਹਾਡਾ ਕੀ ਟੇਕ ਹੈ? ਮਤਲਬ ਇੱਕ ਹੁਣੀ ਸੀਗੀ ਖਬਰ ਆਈ ਪਿਛਲੇ ਦਿਨ ਹੀ, FIR ਦਰਜ ਹੋਈ ਹੈ ਕੋਈ ਵਾਈਟ ਹਿਲ ਪ੍ਰੋਡਕਸ਼ਨ ਦਾ ਨਾ, ਫੇਕ ਅਕਾਊਂਟ ਬਣਾ ਕੇ ਕੁੜੀਆਂ ਨਾਲ ਗੱਲਬਾਤ ਕਰਕੇ ਉਹਦੇ ਆਡੀਸ਼ਨ ਲੈ ਕੇ ਉਹਨੂੰ ਦਿੱਲੀ 'ਚ ਐਕਸਪਲੋਇਟ ਕਰਦਾ ਸੀਗਾ। ਓਕੇ, ਨਹੀਂ ਸੌਰੀ, ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਆ। ਤੁਹਾਡੇ ਵੱਲੋਂ, ਤੁਹਾਡੇ ਪੇਰੈਂਟਸ ਵੱਲੋਂ ਇਸ ਫੀਲਡ ਨੂੰ ਕਿੰਨਾ ਕੁ ਜ਼ਿਆਦਾ? ਅਗਰ ਮੇਰੇ ਪੇਰੈਂਟਸ ਦੀ ਸਪੋਰਟ ਹੈ ਇਸ ਲਈ ਮੈਂ ਅੱਜ ਇੱਥੇ ਹਾਂ। ਹਾਂਜੀ, ਆਲਵੇਜ਼ ਮੇਰੇ ਪੇਰੈਂਟਸ ਦੀ ਸਪੋਰਟ ਰਹੀ ਹੈ ਮੈਨੂੰ। ਥੈਂਕ ਯੂ ਮੈਮ, ਬਹੁਤ ਚੰਗਾ, ਬੈਸਟ ਆਫ ਲੱਕ। ਥੈਂਕ ਯੂ ਸੋ ਮਚ। ਅਤੇ ਸਾਡੇ ਨਾਲ ਹੁਣ ਮੌਜੂਦ ਨੇ GR ਠੱਕਰ ਜੀ, ਜਿਨ੍ਹਾਂ ਨੇ ਇਸਦੀ ਸ਼ੁਰੂਆਤ ਕੀਤੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਟੈਪ ਚੱਕਿਆ ਕਿ ਇਸ ਸਟੋਰੀ 'ਤੇ ਅਸੀਂ ਫਿਲਮ ਬਣਾਉਣੀ ਆ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਕਿਵੇਂ ਤੁਹਾਡੇ ਮਾਇੰਡ 'ਚ ਆਇਆ ਵੀ ਇਹਨਾਂ ਦੀ ਸਟੋਰੀ 'ਤੇ ਫਿਲਮ ਬਣਨੀ ਚਾਹੀਦੀ? ਬੇਸਿਕਲੀ ਮੈਂ ਰਿਸਰਚ ਕਰ ਰਹੀ ਸੀ ਨੈਕਸਟ ਪ੍ਰੋਜੈਕਟ ਕੇ ਲਈ ਮੇਰੇ, ਤੋ ਉਸ ਟਾਈਮ ਪਰ ਮੈਂ ਕੁਛ ਆਰਟੀਕਲਸ ਪੜ੍ਹੇ ਜੋ ਕਿ ਕੌਰ ਸਿੰਘ ਜੀ ਪੇ ਥੇ, ਔਰ ਉਸਮੇ ਸੇ ਹੀ ਕੁਛ ਚੀਜ਼ੇ ਥੀਂ ਜੋ ਲਗੀ ਕਿ ਇਨ ਚੀਜ਼ੋਂ ਕੋ ਹਮਕੋ ਪਬਲਿਕ ਕੋ ਦਿਖਾਨਾ ਚਾਹੀਏ, ਇਸ ਪਰ ਇੱਕ ਫਿਲਮ ਬਣੀ ਤੋ ਅਵੇਅਰਨੈਸ ਹੋਗਾ ਉਸ ਚੀਜ਼ ਕਾ, ਔਰ ਏਕ ਜਿਨਕੋ ਅਭੀ ਤੱਕ ਆਪਣਾ ਹੱਕ ਨਹੀਂ ਮਿਲਾ ਹੈ, ਉਨਕੋ ਸ਼ਾਇਦ ਆਪਣਾ ਹੱਕ ਇਸ ਫਿਲਮ ਕੇ ਥਰੂ ਮਿਲ ਜਾਏ, ਵੋ ਪ੍ਰੋਮਿਸ ਜੋ ਇੱਕ ਗਵਰਨਮੈਂਟ ਨੇ ਉਨਕੋ ਕੀਆ ਥਾ ਵੋ ਕੰਪਲੀਟ ਹੋ ਜਾਏ। ਸੋ ਦੈਟ ਵਾਜ਼ ਬੇਸਿਕ ਆਰ ਇੰਟੈਂਸ਼ਨ।
जैसे मैंने आर्टिकल पढ़ा था एक, जो कि उन्होंने 1982 की जो चैम्पियनशिप जीती, एशियन चैम्पियनशिप, जिसमें उनको गोल्ड मेडल मिला था, तो उसके बाद पटियाला में एक प्रॉपर पंजाब गवर्नमेंट ने उनके लिए एक सेरेमनी अरेंज की थी, जहाँ पे उनको 1,00,000 देंगे ऐसे प्रॉमिस किया गया था। लेकिन आज 2019 हो गए, अभी तक वो प्रॉमिस पूरा नहीं किया गया है। तो वो एक चीज़ थी कि एक आर्मी ऑफिसर जो कि बाद में बॉक्सर बने, मोहम्मद अली जी को भी उन्होंने फाइट दी, ओनली बॉक्सर इन इंडिया, और इतना सब कुछ हो जाने के बावजूद अगर वो इंसान आज भी आपका वो एक चीज़ जो आपने उनको दी थी या बोली गई थी उस टाइम पे, वो अगर आप आज तक पूरा नहीं कर पा रहे हो, तो इट्स अ वेरी सैड फैक्ट आज के डेट में। तो वो चीज़ एक थी जो मुझे लगी कि नहीं, इस पे कहानी बननी चाहिए कि आपका हार्डवर्क है उसको भी मतलब काउंट नहीं किया इन द एंड। सो दैट वाज द थिंग। मैम जिवें कि पंजाबी मूवीज़ से ज़्यादातर देखा जाता भी कॉमेडी मूवीज़ और रोमांटिक बायोपिक्स बहुत ज़्यादा घट बनते हैं। हाँ, बायोपिक तो इतने नहीं बने हैं पंजाब में, बट आई थिंक जैसे अगर ट्रू फैक्ट्स हैं उस पे चीज़ें होंगी, तो आई फील लोग उस चीज़ को देखना भी चाहेंगे, उसको अप्रिशिएट भी करेंगे। जैसे पंजाब में भी सबको नहीं पता है आज के डेट में भी कि कौर सिंह कौन है, उम्मीद करते हैं कि इसके बाद उनको पता चलेगा, जब वो फिल्म देखने आएंगे तो उनको वो चीज़ और ध्यान में आएगी, उनको मज़ा भी आएगा, बिकॉज ऑब्वियसली उनकी लाइफ पे किया है, थोड़ा उसको सिनेमाटोग्राफी के वाइज भी चीज़ें की गई हैं, उसमें अडेप्ट की गई हैं। सो आई होप दे लाइक इट, एंड आई होप कि इससे पंजाब इंडस्ट्री में भी उतना एक बूस्ट हो कि हाँ, वी कैन डू द बायोग्राफीज एंड ऑल। मूवी में हमें कौर सिंह जी भी देखने को मिलेंगे टूवर्ड्स द एंड? यस, मतलब जो अपना एंड में जो हम एक उनकी लाइफ जो फुटेज उनका जो रहेगा रियल फैक्ट्स वाला, वो यस हम लोग यूज़ करेंगे। साढ़े ना को प्रोड्यूसर हैं जो फिल्म के, वो भी मौजूद ने। सत श्रीकाल सर। सत श्रीकाल जी। सत श्रीकाल सर। फिल्म जो प्रोड्यूसर होंगे वो की देखे, तुम इस की देखा भी हाँ सू इस पैसा इनवैसट करना चाहिए? स्क्रिप्ट देखी जी, स्क्रिप्ट अलावा और कुछ नहीं, कंटेंट इज किंग। फॉर्चुनेटली साढ़े को कहानी आई कि एक स्पोर्ट्समैन की कहानी, स्पोर्ट्समैन कौन होंगे जो अचीव कर लेंगे हैं या फिर जो नहीं अचीव कर पाते, तो उन्होंने दुख भरी दास्तान होंगी है। साढ़े को कहानी यहोजे स्पोर्ट्समैन की जिन्हें अचीव भी बहुत कुछ किया, फिर भी बेचारे स्ट्रगल सहनिया पईं। सो आई इन इट सैल्फ बहुत वही कहानी सी। सो कौर सिंह जी की कहानी जिदा ही साढ़े को प्रधान साहब तो जिया लेके आए थे, वो कहानी के कारण ही असी सोचा कि आ कहानी बाहर आनी जरूरी है, तो असी खुद ही इनू अगे लैके प्रोडक्शन पूरी हैंडल करा। फॉर्चुनेट हाँ कि बाट साहब सानू मिले, तो सुखबीर गिल साढ़े नाल जुड़े हुए हैं, वो सुखबीर से गिल तो वाट साहब सारे इकट्ठे होकर असं फिर प्रोजेक्ट आ डिजाइन कर सकते। करम भाट जी ने किमें मुलाकात हुई इस प्रोजेक्ट? मैं दसा तुहानू सुखबीर गिल साडा आर्टिस्ट है, वो सिंगर हैगा, तो वो जानता सी बाट साहब नू, तो बाट साहब के नाल असी एक बार कहानी शेयर की सी, तो वो क्योंकि आप स्पोर्ट्समैन रह चुके हैं पहला, तो फिल्म इंडस्ट्री नाल तालुकात वो भी रखते हैं, तो एक बार फिर गल्लां चो गल निकली कि एक कहानी इदा की हैगी है जी प्रधान साहब ने सानू सुनाई हुई है, तो आपू करनी चाहिए है रल मिल के, तो वो भी उन्नी ही इंसपायर्ड से जिन्हें असी सके प्रधान साहब से इन्हों की टीम सी सारी इतने। सो इंसपीरेशन वो कहानी के बच्चों ही आ रही है सारे पासों कि बाट साहब की असी तो की प्रधान साहब। सर एज अ प्रोड्यूसर थोड़ा की है भी तुम ये चाहते हो भी जो पैसे लगा रहे हो उन्ना तो बेनीफिट मिले, या प्रोड्यूस इसलिए पैसे लगा रहे हो भी ऑडियंस में जोड़ा है इन्हों की स्टोरी पता चल सके? डेफिनेटली पैसे वापस आन, क्यों ना, वाई नॉट। मतलब देखो तुम ये ना एक्चुअली दोनों लिंकड ने चीज़ा, जे ऑडियंस नूं पसंद आ गई पैसे वापस आ गए थोड़े, सो इट्स वेरी सिंपल है ना। तो तुम ये ना सोचो कि पैसे किमें कमाने या वो चीज़ बारे तो सोच नहीं, सोच लोगे पर वो नहीं करा सकते ना। सो तुम बेसिकली फोकस करो ऑडियंस से, ऑडियंस नूं पसंद आ गई, ऑडियंस ने थोनों दे देने वापस, होर कोई लोड ही नहीं। मतलब थोड़ा बड़ा उस चीज़ बारे सोचने की, जो तो हुई है कि जिन्ना मर्जी सोची जाओ पर होना उस चीज़ के बारे तो सोच के नहीं करा सकते, तो बेसिकली ऑडियंस के उत्ते ही फोकस करो सारा। क्योंकि सर ज़्यादातर जो देखा जाता वो पैसे कमाने लिए देखा जाता भी कॉमेडी मूवीज़ में या जो रोमांटिक मूवीज़ है इन्हों ज़्यादा तवज्जो देंगे, बायोपिक्स बहुत ज़्यादा घट बनते हैं। ईजी होंगे जी वो थोड़ा जहा, मैं नहीं कहूँगा लिखना ईजी होंगे, वो ईजी इसलिए होंगे कि वो ऑडियंस वाइड है। अगर आप कॉमेडी की गल करिए बच्चे तो लैके बुजुर्ग तो सारे को ईजी देखने लाइट हार्टड चीज़ा देखनिया पसंद करते हैं। असी कोशिश की है कि फिल्म में ज़्यादा भी हैवी ना कर दिए, ठीक है, कि या फिर ज़्यादा बॉक्सिंग ना कॉन्सनट्रेट करिए, असं भी एक फैमिली मूवी ही बना रहे हैं। बट हाँ वो फैक्ट्स क्योंकि उन्होंने लाइफ के जो फैक्ट्स बीते हैं कौर सिंह जी के, वो बहुत इंटरेस्टिंग फैक्ट्स रहे हैं उन्होंने, वो लैके आ रहे हैं। बट अगेन एक फैमिली एंटरटेनर की तरह ही लैके आ रहे हैं, तो पसंद कर होप करा कि फैमिलीज ही देख आन, तो पैसे अं ला रहे हैं जी वापस भी आ।
तो की मैसेज देना चाहोगे जो यूथ है जो देख रहे हैं भी हाँ इस वाल देख के फिल्म नू अगे आके होर स्पोर्ट्स वाल वधे यूथ? आई थिंक कौर सिंह जी बता की चक्कर है कि जेडे लेजेंड्स ने अपने पंजाब दे ਬਾ ਉਹਨਾਂ 'ਤੇ ਇਹ ਮਤਲਬ ਇਹ ਸੀਰੀਜ਼ ਅਸੀਂ ਇੱਕ ਸ਼ੁਰੂਆਤ ਕਰਤੀ ਬਾਕੀ ਵੀ ਇਹ ਤੋਂ ਮੁੜ ਚੱਕ ਕੇ ਬਿਕੋਜ਼ ਆਪਣੇ ਕੋਲ ਬਹੁਤ ਨੇ ਯਾਰ ਆਪਣੇ ਮਤਲਬ ਹਿਸਟਰੀ ਤੋਂ ਲੈ ਕੇ ਹੁਣ ਤੱਕ ਲੈਜੈਂਡਸ ਹੀ ਲੈਜੈਂਡਸ ਨੇ ਆਪਣੇ ਕੋਲ ਆਪਣਾ ਦੇਸ਼ ਪੰਜਾਬ ਲੈਜੈਂਡਸ ਲਈ ਹੀ ਮਸ਼ਹੂਰ ਆ ਸੋ ਦਾ ਪੁਆਇੰਟ ਇਸ ਜੇ ਆਪਣਾ ਮਸ਼ਹੂਰ ਆ ਤਾਂ ਜਿਹੜੇ ਜਿੰਨਾ ਕਰਕੇ ਮਸ਼ਹੂਰ ਉਹਨਾਂ ਨੂੰ ਮਸ਼ਹੂਰ ਕਰੀਏ ਉਹਨਾਂ ਨੂੰ ਮਸ਼ਹੂਰ ਕਰਨਾ ਆਪਣੇ ਲਈ ਜਿੱਤ ਆ ਸਭ ਤੋਂ ਵੱਡੀ ਕਿਉਂਕਿ ਉਹੀ ਗੱਲ ਹੈ ਸਾਰਾ ਕੁਛ ਉਹਦੇ ਨਾਲ ਲਿੰਕਡ ਆ ਬਾਕੀ ਮਤਲਬ ਯੂਥ ਨੇ ਵੀ ਆਪੇ ਕਨੈਕਟ ਹੋ ਜਾਣਾ ਜਦੋਂ ਤੁਸੀਂ ਕਿਸੇ ਮਿਲਖਾ ਸਿੰਘ ਜੀ ਸੀਗੇ ਆਪੇ ਬਚਪਨ ਤੋਂ ਪੜ੍ਹਦੇ ਹੁੰਦੇ ਫਲਾਇੰਗ ਸਿੰਘ ਬਟ ਜੋ ਸਟੋਰੀ ਸੁਣੀ ਉਹ ਜਿਹੜਾ ਕਨੈਕਟ ਇਮੋਸ਼ਨਲ ਕਨੈਕਟ ਬਣਦਾ ਨਾ ਉਹ ਦੈਟ ਇਜ਼ ਵੈਰੀ ਇੰਪੋਰਟੈਂਟ ਕਿ ਇੱਕ ਬੰਦੇ ਨੂੰ ਪੂਰਾ 3 ਘੰਟੇ 2 ਘੰਟੇ ਦਾ ਟ੍ਰੀਟਮੈਂਟ ਮਿਲਣਾ ਸਕਰੀਨ 'ਤੇ ਜਦੋਂ ਉਹਨੂੰ ਲੱਖਾਂ ਕਰੋੜਾਂ ਲੋਕਾਂ ਵੱਲ 'ਤੇ ਜਾਂਦਾ ਅੱਜ ਕੱਲ੍ਹ ਤਾਂ ਇਹ ਕਿ ਤੁਸੀਂ ਪੰਜਾਬੀ 'ਚ ਮੂਵੀ ਬਣਾ ਦਿੰਦੇ ਹੋ ਬਾਅਦ 'ਚ ਪੰਜਾਬੀ ਵਾਲਾ ਹਿੰਦੀ ਵਾਲਾ ਵੀ ਪੰਜਾਬੀ ਸਮਝਦਾ ਉਹ ਵੀ ਆਡੀਅੰਸ ਆਪਣੀ ਹੈਗੀ ਗਾਣੇ ਤੁਸੀਂ ਦੇਖ ਲਓ ਪੰਜਾਬੀ ਗਾਣੇ ਬਣਾਉਂਦੇ ਆਪਾਂ ਤਾਂ ਸਾਰੀ ਹਿੰਦੀ ਆਡੀਅੰਸ ਸੁਣਦੀ ਹੈ ਸੋ ਬੇਸਿਕਲੀ ਇਸੇ ਕਰਕੇ ਕੀ ਹੈ ਕਿ ਜੋ ਤੁਸੀਂ ਕੰਟੈਂਟ ਅੱਛਾ ਬਣਾਓਗੇ ਤਾਂ ਇਟ ਵਿਲ ਟਰੈਵਲ ਸਾਊਥ ਦੀਆਂ ਸਾਰੀਆਂ ਫਿਲਮਾਂ ਨੇ ਤਮਿਲ ਤੇਲਗੂ 'ਚ ਹੁੰਦੀਆਂ ਨੇ ਡੱਬ ਹੋ ਕੇ ਹਿੰਦੀ 'ਚ ਆਉਂਦੀਆਂ ਨੇ ਸੁਪਰ ਡੁਪਰ ਹਿੱਟ ਠੀਕ ਹੈ ਨਾ ਆਪਾਂ ਨੂੰ ਇਹੀ ਚਾਹੀਦਾ ਇੱਕ ਤਾਂ ਪਹਿਲਾਂ ਆਪਾਂ ਆਪਣੇ ਪੰਜਾਬੀ ਨਾਲ ਪਿਆਰ ਕਰੀਏ ਕਿ ਪੰਜਾਬੀ ਫਿਲਮ ਪਹਿਲਾਂ ਅਤੇ ਫਿਰ ਹਿੰਦੀ ਜਾਂ ਇੰਗਲਿਸ਼ ਠੀਕ ਹੈ ਨਾ ਇਹ ਆਪਣਾ ਹੋਣਾ ਚਾਹੀਦਾ ਤਾਂ ਹੀ ਆਪਾਂ ਬਚਾਂਗੇ ਇੱਕ ਤਰੀਕੇ ਨਾਲ ਆਪਣੀ ਮਤਲਬ ਕਿ ਲੈਂਗੁਏਜ ਬਚਾ ਸਕਾਂਗੇ ਸੋ ਜਿਵੇਂ ਉਹ ਕਰਦੇ ਨੇ ਤਮਿਲ ਤੇਲਗੂ ਵਾਲੇ ਕਿ ਆਪਾਂ ਨੂੰ ਵੀ ਉਵੇਂ ਪਿਆਰ ਹੋਣਾ ਚਾਹੀਦਾ ਕਿ ਪਹਿਲਾਂ ਪੰਜਾਬੀ ਅਤੇ ਫਿਰ ਬਾਕੀ ਜਿਵੇਂ ਕਿ ਫਿਲਮ ਹੁੰਦੀ ਆ ਫਿਲਮ ਵਿੱਚ ਸੌਂਗਸ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਪੰਜਾਬੀ ਫਿਲਮ 'ਚ ਇਸ ਫਿਲਮ 'ਚ ਸੌਂਗ ਆ ਉਹ ਕਿੰਨਾ ਵੱਲੋਂ ਹਾਂ ਤਾਂ ਸੌਂਗ ਇਹਨੂੰ ਮਿਊਜ਼ਿਕ ਪਹਿਲੀ ਗੱਲ ਆ ਬੈਕਗਰਾਊਂਡ ਮਿਊਜ਼ਿਕ ਅਤੇ ਜਿਹੜਾ ਮਿਊਜ਼ਿਕ ਨੇ ਉਹ ਜਤਿੰਦਰ ਸ਼ਾਹ ਜੀ ਦੇ ਰਹੇ ਨੇ ਰਾਜ ਕਾਕੜਾ ਜੀ ਦੇ ਲਿਰਿਕਸ ਨੇ ਅਤੇ ਇਹਦੇ 'ਚ ਰਣਜੀਤ ਬਾਵਾ ਜੀ ਦੇ ਗਾਣੇ ਹੈਗੇ ਨੇ ਇਹਦੇ 'ਚ ਕੁਲਵਿੰਦਰ ਬਿੱਲਾ ਜੀ ਦਾ ਗਾਣਾ ਅਤੇ ਗੁਰਲੇਜ਼ ਅਖਤਰ ਜੀ ਇਹਨਾਂ ਦਾ ਡੁਏਟ ਸੌਂਗ ਹੈ ਠੀਕ ਹੈ ਨਾ ਇਹਨਾਂ ਦੇ ਵਿੱਚ ਦੋ ਹੋਰ ਗਾਣੇ ਨੇ ਗਾਣੇ ਐਕਚੁਲੀ ਹੁਣ ਵੰਡ ਰਹੇ ਹਾਂ ਉੱਥੇ ਬੰਬੇ ਤਿਆਰ ਹੋ ਰਹੇ ਨੇ ਸੋ ਆਰਟਿਸਟ ਸਾਰਿਆਂ ਨਾਲ ਗੱਲ ਹੋਈ ਹੋਈ ਇਹਨਾਂ ਦੇ ਅਤੇ ਵਧੀਆ ਤਰੀਕੇ ਨਾਲ ਅੱਛੇ ਗਾਣੇ ਲੈ ਕੇ ਆਵਾਂਗੇ ਅਤੇ ਕਿਉਂਕਿ ਬਲਜੀਤ ਜਿਹੜੀ ਉਹਨਾਂ ਦੀ ਵਾਈਫ ਪਲੇ ਕਰ ਰਹੇ ਹੈ ਸੋ ਉਹਨਾਂ ਨਾਲ ਰੋਮਾਂਟਿਕ ਐਂਗਲ ਵੀ ਹੈਗਾ ਉਹ ਵੀ ਰੋਮਾਂਟਿਕ ਗਾਣੇ ਵੀ ਹੋਣਗੇ ਪਲੱਸ ਜਿਹੜੇ ਆਪਣੇ ਆਰਮੀ ਦੀ ਟ੍ਰੇਨਿੰਗ ਦੇ ਵਿੱਚ ਜਾਂ ਫਿਰ ਜਦੋਂ ਬਾਕਸਿੰਗ ਦੀ ਟ੍ਰੇਨਿੰਗ ਕਰਦੇ ਹਾਂ ਉਦੋਂ ਜਦੋਂ ਮੋਟੀਵੇਟ ਕਰਨ ਵਾਲੇ ਗਾਣੇ ਉਹੋ ਜਿਹੇ ਵੀ ਹੋਣਗੇ ਜੀ ਸਰ ਜਿਵੇਂ ਕਿ ਦੇਖਿਆ ਜਾਂਦਾ ਹਮੇਸ਼ਾ ਬਾਇਓਪਿਕ 'ਚ ਕੋਈ ਨਾ ਕੋਈ ਐਕਸਟਰਾ ਮਸਾਲਾ ਐਡ ਕੀਤਾ ਜਾਂਦਾ ਇਸ 'ਚ ਤੁਸੀਂ ਰੀਅਲ ਬੇਸ ਹੀ ਦਿਖਾਓਗੇ ਜਾਂ ਥੋੜ੍ਹਾ ਬਹੁਤ ਐਕਸਟਰਾ ਮਸਾਲਾ ਹੋਊ ਜਿੰਨਾ ਲੋੜ ਹੈ ਇੰਟਰਟੇਨਮੈਂਟ ਜਿੰਨੀ ਲੋੜ ਆ ਉੰਨੀ ਤਾਂ ਕਰਨੀ ਹੈ ਇਹਦਾ ਮਤਲਬ ਮਸਾਲਾ ਦਾ ਮਤਲਬ ਇਹ ਹੁੰਦਾ ਕਿ ਜਿਵੇਂ ਹੁਣ ਆਪਾਂ ਦੋ ਗੱਲ ਕਰ ਰਹੇ ਹਾਂ ਹੁਣ ਦੋ ਆਪਾਂ ਨੋਰਮਲ ਗੱਲਾਂ ਵੀ ਕਰ ਸਕਦੇ ਉਹਨੂੰ ਆਡੀਅੰਸ ਦੇਖਣ ਨਹੀਂ ਆਊਗੀ ਜਦੋਂ ਉਹਨੂੰ ਤੁਸੀਂ ਇਹ ਜਿਹੜੇ ਰਾਈਟ ਆਪਣੇ ਕੀ ਕਹਿੰਦੇ ਡਾਇਲੋਗ ਰਾਈਟਰ ਨੇ ਉਹ ਹੈਗੇ JD ਭਾਜੀ ਜਿਹੜੇ ਆਪਾਂ ਜਿਨ੍ਹਾਂ ਨੇ ਗੁੱਡੀਆਂ ਪਟੋਲੇ ਲਿਖੀ ਸੀ ਤਾਂ ਉਹਨਾਂ ਦੀ ਕਲਮ ਬਹੁਤ ਸੋਹਣੀ ਹੈ ਬਹੁਤ ਹੀ ਫਨੀ ਡਾਇਲੋਗਸ ਨੇ ਸਟਾਰਟਿੰਗ ਪਹਿਲਾਂ ਜਿਹੜਾ ਹਾਫ ਹੈ ਬਹੁਤ ਲਾਈਟ ਰੱਖਿਆ ਤਾਂ ਕਿ ਆਡੀਅੰਸ ਇੱਕ ਤਰੀਕੇ ਨਾਲ ਦੇਖੋ ਕੋਈ ਬੰਦਾ ਕੋਈ ਸਪੋਰਟਸ ਪਰਸਨ ਹੋਣ ਤੋਂ ਪਹਿਲਾਂ ਇੱਕ ਇਨਸਾਨ ਹੈ ਉਹਦੀ ਇੱਕ ਫੈਮਿਲੀ ਹੈ ਉਹਦੇ ਨਾਲ ਇਮੋਸ਼ਨਲ ਕਨੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਆਪਾਂ ਵੀ ਠੀਕ ਹੈ ਨਾ ਤਾਂ ਉਹ ਚੀਜ਼ ਨੂੰ ਅਸੀਂ ਪਹਿਲਾਂ ਲਾਈਟ ਹਾਰਟਡਲੀ ਕਰਕੇ ਕੀਤਾ ਤਾਂ ਕਿ ਜਦੋਂ ਜਿਵੇਂ ਜਿਵੇਂ ਆਪਾਂ ਮੂਵੀ ਅੱਗੇ ਵਧਾਈਏ ਆਪਾਂ ਹੈਵੀ ਕਰਦੇ ਜਾਵਾਂਗੇ ਬਟ ਇੱਕ ਆਡੀਅੰਸ ਜਦੋਂ ਥੀਏਟਰ 'ਚ ਆਉਂਦੀ ਹੈ ਤਾਂ ਉਹ ਇੰਨੀ ਕੋਈ ਬਹੁਤ ਜ਼ਿਆਦਾ ਮੋਟਿਵ ਅੱਜ ਕੱਲ੍ਹ ਨਾ ਲੋਕ ਪ੍ਰੀਚਿੰਗ ਨਹੀਂ ਸੁਣਦੇ ਤੁਸੀਂ ਲੈਕਚਰਬਾਜ਼ੀ ਕਰੀ ਚੱਲੋ ਲੋਕ ਕਹਿੰਦੇ ਨੇ ਭਰਾ ਸਾਨੂੰ ਨਸਣਾ ਅਸੀਂ ਬਹੁਤ ਸਿਆਣੇ ਆਪੇ ਹੀ ਹਾਂ ਤਾਂ ਬਸ ਸਾਰੇ ਬਹੁਤ ਸਿਆਣੇ ਅਸੀਂ ਇਹੀ ਮੰਨ ਕੇ ਚੱਲ ਰਹੇ ਤਾਂ ਜਿਹੜੀ ਸਟਾਰਟਿੰਗ ਆ ਫਿਲਮ ਦੀ ਬਹੁਤ ਵਧੀਆ ਲਾਈਟ ਹਾਰਟਡ ਫਿਲਮ ਸਟਾਰਟ ਕਰਕੇ ਰੋਮਾਂਟਿਕ ਐਂਗਲ ਵੀ ਉਹਨਾਂ ਦਾ ਹੈਗਾ ਸਾਰਾ ਕਰਕੇ ਐਂਡ ਦੈਨ ਵੀ ਹੁਣ ਇਹੀ ਗੱਲ ਆ ਹੁਣ ਅਸਲ ਲਾਈਫ 'ਚ ਤਾਂ ਕੋਈ ਗਾਣੇ ਵੀ ਨਹੀਂ ਗਾਉਂਦਾ ਪਰ ਗਾਣੇ ਪਾਉਣੇ ਨੇ ਬਿਕੋਜ਼ ਆਪਣਾ ਮਤਲਬ ਇੱਕ ਤਰੀਕੇ ਨਾਲ ਕਲਚਰ ਹੈ ਜੇ ਕਹਿ ਲਓ ਜੋ ਆਪਾਂ ਐਂਟਰਟੇਨਮੈਂਟ ਦਾ ਸੋਰਸ ਹੈ ਸੋ ਉਹਨੂੰ ਆਪਾਂ ਮੱਦੇਨਜ਼ਰ ਰੱਖਦੇ ਹੋ ਜੋ ਆਪਾਂ ਕ੍ਰੀਏਟਿਵ ਲਿਬਰਟੀ ਲੈ ਸਕਦੇ ਹਾਂ ਉਹ ਪੂਰੀ ਲਈ ਹੈ ਸਟੋਰੀ ਨਾਲ ਵਾਲੀ ਛੇੜਛਾੜ ਨਹੀਂ ਕੀਤੀ ਇਹ ਨਹੀਂ ਕਿ ਜਿਹੜਾ ਜਿੱਤੀ ਨਹੀਂ ਹੈ ਮੈਡਲ ਉਹ ਜਿੱਤਾ ਤਾ ਨਹੀਂ ਉਹ ਨਹੀਂ ਕੀਤਾ ਬਟ ਜੋ ਸਟੋਰੀ ਲਈ ਰਿਕੁਆਇਰਮੈਂਟ ਹੈ ਉਹ ਅਸੀਂ ਪੂਰੀ ਲਿਬਰਟੀ ਲਈਏ ਤਾਂ ਕਿ ਆਡੀਅੰਸ ਇੰਜੋਏ ਕਰੇ ਠੀਕ ਹੈ ਨਾ ਜਿੰਨੀ ਹਰ ਚੀਜ਼ ਫਿਲਮ 'ਚ ਕਰਨੀ ਬਣਦੀ ਹੈ ਸੋ ਉਹ ਚੀਜ਼ ਉਨੀ ਕ੍ਰੀਏਟਿਵ ਲਿਬਰਟੀ ਅਸੀਂ ਜ਼ਰੂਰ ਲਈ ਲਓ ਜੀ ਹੁਣ ਸਾਡੇ ਨਾਲ ਮੌਜੂਦ ਨੇ ਸਿੰਗਰ ਐਕਟਰ ਅਤੇ ਲਿਰਿਸਿਸ ਰਾਜ ਕਾਕੜਾ ਸਾਹਿਬ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡੇ ਵਧੀਆ ਜੀ ਸਰ ਫਿਲਮ ਵਿੱਚ ਜਿਹੜੀ ਫਿਲਮ ਆ ਰਹੀ ਹੈ ਇਸ 'ਚ ਤੁਹਾਡਾ ਕੀ ਰੋਲ ਹੋਣ ਵਾਲਾ ਮੇਰਾ ਹੈਗਾ ਜੀ ਕੋਚ ਦਾ ਰੋਲ ਆ ਜਿਹੜੇ ਪਦਮ ਸ਼੍ਰੀ ਕੌਰ ਸਿੰਘ ਨੇ ਇਹਨਾਂ ਨੂੰ ਚੰਡਨ ਦਾ ਕੋਚ ਆ ਜਿਨ੍ਹਾਂ ਨੇ ਇਹਨੂੰ ਚੰਡ ਕੇ ਬੌਕਸਰ ਬਣਾਇਆ ਅਤੇ ਉਹਦਾ ਰੋਲ ਆ ਸੋ ਇਹਦੇ ਲਈ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੋਈ ਆ ਬਹੁਤ ਵਧੀਆ ਕੰਸੈਪਟ ਆ ਅਤੇ ਜਲਦੀ ਅਸੀਂ ਜਾ ਰਹੇ ਹਾਂ ਫਲੋਰ 'ਤੇ ਜਾ ਰਹੇ ਹਾਂ ਮੇਰਾ ਕੱਲ੍ਹ ਪਰਸੋਂ ਜਾ ਰਿਹਾ ਮੇਰਾ ਪਰਸੋਂ ਆਇਆ ਅਤੇ ਕੱਲ੍ਹ ਤੋਂ ਉੱਦਾਂ ਸ਼ੁਰੂ ਹੋ ਰਹੀ ਹੈ ਸਰ ਫਿਲਮ ਦੇ ਫਿਲਮ ਸਾਈਨ ਕਰਨ ਲੱਗੇ ਕੀ ਮਾਇੰਡ 'ਚ ਕਲਿੱਕ ਕੀਤਾ ਕਿ ਹਾਂ ਮੈਂ ਇਹ ਫਿਲਮ ਕਰਨੀ ਹੀ ਕਰਨੀ ਆ ਨਹੀਂ ਕੰਸੈਪਟ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਕਿ ਅੱਜ ਤੋਂ 40 ਸਾਲ ਪਹਿਲਾਂ ਦੀ ਕੰਸੈਪਟ ਆ 78, 79, 80, 81, 82 ਉਹ 5-7 ਸਾਲਾਂ ਦੇ ਵਿੱਚ ਕਿ ਇੱਕ ਬੌਕਸਰ ਨੇ ਪੰਜਾਬ ਤੋਂ ਉੱਠ ਕੇ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਮੇਰੇ ਲਈ ਹੋਰ ਮਾਣ ਵਾਲੀ ਗੱਲ ਹੈ ਕਿ ਉਹਨਾਂ ਦਾ ਪਿੰਡ ਬਿਲਕੁਲ ਮੇਰੇ ਕੋਲ ਆ
ਮੁਹੰਮਦ ਅਲੀ ਨਾਲ ਫਾਈਟ ਕਰਨੀ ਅਤੇ ਏਸ਼ੀਆ ਦੇ ਵਿੱਚੋਂ ਗੋਲਡ ਮੈਡਲ ਲੈਣੇ ਹਨ ਜੀ। ਅਤੇ ਮੈਂ ਕਹਿੰਦਾ ਕਿ ਬੜਾ ਵੱਡਾ ਬੜੀਆਂ ਵੱਡੀਆਂ ਪ੍ਰਾਪਤੀਆਂ ਆ। ਸੋ ਇੱਦਾਂ ਦੇ ਸਪੋਰਟਸਮੈਨ ਦੇ ਉੱਪਰ ਜਿਹੜੀ ਫਿਲਮ ਬਣਦੀ ਹੈ ਮੈਂ ਉਹਦਾ ਪਾਰਟ ਹਾਂ ਅਤੇ ਮੇਰੇ ਲਈ ਇਹ ਸੁਭਾਗਾ ਮੈਂ ਕਹਿੰਦਾ ਕਿ ਮੈਂ ਬਹੁਤ ਧੰਨ ਭਾਗ ਸਮਝਦਾ ਆਪਣੇ। ਤੁਹਾਡੀ ਵੀ ਸਰ ਸਾਨੂੰ ਗਾਣਿਆਂ ਤੁਹਾਡੀ ਵੀ ਆਵਾਜ਼ ਸੁਣਨ ਨੂੰ ਮਿਲੇਗੀ ਮੂਵੀ 'ਚ? ਹੋ ਸਕਦਾ, ਪਰ ਪੰਜ ਗਾਣੇ ਇਹਦੇ 'ਚ ਮੈਂ ਲਿਖੇ ਆ। ਨਛੱਤਰ ਗਿੱਲ ਹੋਣੀ, ਕੁਲਵਿੰਦਰ ਬਿੱਲਾ, ਰਣਜੀਤ ਬਾਵਾ, ਕਮਲ ਖਾਨ, ਇਹ ਸਿੰਗਰ ਤੁਹਾਨੂੰ ਮਿਲਣਗੇ ਸੁਣਨ ਨੂੰ। ਸਰ ਫਿਲਮ ਲਈ ਫਿਲਮ 'ਚ ਕੀ ਇਹੋ ਜਿਹਾ ਖਾਸ ਹੋਊਗਾ ਕਿ ਆਡੀਅੰਸ ਉਸ ਤੋਂ ਪ੍ਰਭਾਵਿਤ ਹੋਊਗੀ ਜਾਂ ਉਹਨੂੰ ਮੋਟੀਵੇਸ਼ਨ ਮਿਲੂਗੀ? ਦੇਖੋ ਇੱਕ ਪਲੇਅਰ ਦੀ ਜਰਨੀ ਆ, ਹਾਂਜੀ, ਉਹਦੇ ਬਚਪਨ ਤੋਂ ਲੈ ਕੇ ਐਂਡ ਅੱਜ ਤੱਕ ਕਿ ਸਰਕਾਰਾਂ ਨੇ ਜਦੋਂ ਇੰਨੀਆਂ ਵੱਡੀਆਂ ਉਹਦੀਆਂ ਪ੍ਰਾਪਤੀਆਂ ਅਤੇ ਸਰਕਾਰਾਂ ਨੇ ਅਨਾਊਂਸ ਜ਼ਰੂਰ ਕੀਤਾ, ਅਰਜੁਨ ਅਵਾਰਡ ਵੀ ਦਿੱਤਾ ਅਤੇ ਪਦਮ ਸ਼੍ਰੀ ਅਵਾਰਡ ਵੀ ਦਿੱਤਾ, ਪਰ ਫਾਈਨੈਂਸ਼ਲੀ ਕੋਈ ਜ਼ਿਆਦਾ ਹੈਲਪ ਨਹੀਂ ਕੀਤੀ, ਜਿਹੜੀ ਕਿ ਅਨਾਊਂਸ ਕੀਤੀ ਗਈ ਉਹਨਾਂ ਤੱਕ ਮਿਲੀ ਨਹੀਂ। ਹਾਂਜੀ, ਅਤੇ ਉਹ ਐਡਾ ਵੱਡਾ ਪਲੇਅਰ, ਐਡਾ ਵੱਡਾ ਹੀਰਾ ਸਾਡਾ, ਉਹ ਦਫ਼ਤਰਾਂ ਦੇ ਗੇੜੇ ਮਾਰਦਾ ਆ। ਹਾਂਜੀ, ਤਾਂ ਉਹ ਸਾਰਾ ਕੁਝ ਫਿਲਮ ਦੇ ਵਿੱਚ ਆ। ਹਾਂਜੀ, ਸੋ ਜਿਹੜੀਆਂ ਨਲਾਇਕੀਆਂ ਸਿਸਟਮ ਦੀਆਂ ਉਹ ਵੀ ਇਹਦੇ ਵਿੱਚ ਜ਼ਾਹਰ ਹੋਣਗੀਆਂ, ਅਤੇ ਮੈਂ ਕਹਿੰਦਾ ਵੀ ਇਹ ਇੱਦਾਂ ਦੀਆਂ ਫਿਲਮਾਂ ਤਾਂ ਬਣਨੀਆਂ ਚਾਹੀਦੀਆਂ ਆ। ਹਾਂਜੀ, ਜਿਹੜੇ ਜਿਹੜੇ ਲੋਕ ਇਹਦੇ ਵਿੱਚ ਜ਼ਿੰਮੇਵਾਰ ਆ ਜਾਂ ਜਿਨ੍ਹਾਂ ਨੇ ਜਿਨ੍ਹਾਂ ਦੇ ਕਾਰਨ ਇੱਦਾਂ ਦੇ ਹੀਰੇ ਸਾਡੇ ਰੁਲ ਜਾਂਦੇ ਹਨ, ਗੋਲੇ ਰਹਿ ਜਾਂਦੇ ਆ, ਉਹਨਾਂ ਦਾ ਵੀ ਪਤਾ ਲੱਗਣਾ ਚਾਹੀਦਾ ਕਿਹੜੇ ਬੰਦੇ ਦਾ ਕੀ ਰੋਲ ਸੀ। ਹਾਂਜੀ, ਹਾਂ ਸਰ, ਜਿਵੇਂ ਕਿ ਤੁਸੀਂ ਦੱਸਿਆ ਵੀ ਕੋਚ ਦਾ ਰੋਲ ਤੁਸੀਂ ਪਲੇ ਕਰ ਰਹੇ ਹੋ, ਤੁਹਾਡੀ ਬਾਡੀ ਵੀ ਦੇਖਣ ਨੂੰ ਮਿਲ ਰਿਹਾ ਵਧੀਆ ਬਣਾਇਆ, ਇਹਨੂੰ ਕਿੰਨਾ ਮਿਹਨਤ ਲੱਗੀ, ਕਿੰਨਾ ਟਾਈਮ ਲੱਗਿਆ? ਅਸੀਂ ਜ਼ਿਆਦਾ ਨਹੀਂ ਆ, 5-6 ਮਹੀਨੇ ਅਸੀਂ ਉੱਥੇ ਇਕੱਠਿਆਂ ਨੇ ਮਿਹਨਤ ਕੀਤੀ, ਮੈਂ ਅਤੇ ਬਾਠ ਨੇ, ਕਰਮ ਬਾਠ ਹੋਰਾਂ ਨੇ। ਸੋ ਉਹਨਾਂ ਨੇ ਤਾਂ ਭਾਰ ਬਹੁਤ ਘਟਾਇਆ, ਮੈਂ ਤਾਂ 4 ਕਿਲੋ, ਮੈਨੂੰ ਕਹਿੰਦੇ ਥੋੜ੍ਹਾ ਜਿਹਾ ਫਿੱਟ ਹੋ ਜਾ, 4 ਕਿਲੋ ਭਾਰ ਘਟਾਇਆ ਮੈਂ, ਉਹਨੇ ਤਾਂ 20-22 ਕਿਲੋ ਕਹਿੰਦੇ ਤੇ ਭਾਰ ਘਟਾਇਆ, ਅਤੇ ਕਾਫੀ ਹੁੰਦਾ 20-22 ਕਿਲੋ ਭਾਰ, ਹੈ ਨਾ। ਹਾਂ, ਅਤੇ ਮੈਂ ਬਹੁਤ ਮਿਹਨਤ ਕੀਤੀ ਟੀਮ ਨੇ, ਉਮੀਦ ਆ ਕਿ ਚੰਗੀ ਜਿਹੜੀ ਸਾਨੂੰ ਔਰ ਤੁਹਾਨੂੰ ਇੱਕ ਵਧੀਆ ਫਿਲਮ ਜਿਹੜੀ ਆ ਮਿਲੂਗੀ ਵੇਖਣ ਨੂੰ ਦਰਸ਼ਕਾਂ ਨੂੰ। ਸੋ ਉਮੀਦ ਆ ਕਿ ਫਿਲਮ ਨੂੰ ਤੁਸੀਂ ਬੇਨਤੀ ਆ ਕਿ ਜ਼ਰੂਰ ਵੇਖਿਓ, ਕਿਉਂਕਿ ਇੱਦਾਂ ਦੀਆਂ ਫਿਲਮਾਂ ਤਾਂ ਹੀ ਬਣਨਗੀਆਂ ਜੇ ਇੱਕ ਹਕੀਕਤ ਆ, ਜਿਹੜੇ ਬੰਦੇ ਨੇ ਇੰਨੀਆਂ ਪ੍ਰਾਪਤੀਆਂ ਕੀਤੀਆਂ ਆ, ਇੱਥੋਂ ਤੱਕ ਪਹੁੰਚਿਆ ਆ, ਕਿੰਨੀ ਕੁ ਜੇ ਪਿੰਡ ਤੋਂ ਚੱਲ ਕੇ, ਤਾਂ ਉਹਦੀ ਜੇ ਕਿੱਦਾਂ ਦੀ ਜਰਨੀ ਰਹੀ, ਕੀ ਉਤਰਾਅ ਚੜ੍ਹਾਅ ਆਏ, ਹੈ ਨਾ, ਕੀ ਬੰਦਾ ਕੀ ਫੇਸ ਕੀਤਾ ਉਹਨਾਂ ਨੇ। ਸੋ ਮੈਨੂੰ ਲੱਗਦਾ ਕਿ ਬਹੁਤ ਕਮਾਲ ਦੀ ਪਿਕਚਰ ਬਣ ਜਾ ਰਹੀ ਆ। ਥੈਂਕ ਯੂ ਸਰ, ਧੰਨਵਾਦ।